ਹਰਮਨ ਕੌਰ ਹੈ ਮੇਰਾ ਨਾਮ। ਹਾਂਜੀ ਸਾਡੀ ਲਵ ਮੈਰਿਜ ਸੀਗੀ, ਸਾਡੇ ਵਿਆਹ ਨੂੰ 7 ਕੁ ਮਹੀਨੇ ਹੋਏ ਨੇ ਹਲੇ। ਪੁਲਿਸ ਨੇ ਦੱਸਿਆ ਵੀ ਉਹਨਾਂ ਦੀ ਡੈੱਡ ਬੋਡੀ ਮਿਲੀ ਆ ਸਾਨੂੰ, ਗੁਰਦੁਆਰੇ ਦੇ ਕੋਲ ਪਈ ਸੀਗੀ ਅਤੇ ਉੱਥੋਂ ਦੇ ਬਾਬੇ ਉਹਨਾਂ ਨੇ ਚੱਕਿਆ ਉਹਨੂੰ ਸਵੇਰੇ। ਅਸੀਂ 3 ਭੈਣਾਂ ਸੀ, ਸਾਡਾ 1 ਭਰਾ ਸੀ, ਉਹ ਸਾਡੇ ਤੋਂ ਖੋਹ ਲਿੱਤਾ ਗਿਆ, ਅਸੀਂ ਕਿੱਥੇ ਜਾਈਏ। ਹਾਂਜੀ ਲਵ ਮੈਰਿਜ ਕਰਾਈ ਸੀ ਉਹਨਾਂ ਨੇ, ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਛੱਡਣਾ ਨਹੀਂ। ਕੀ ਨਾਮ ਤੁਹਾਡਾ? ਮੇਰਾ ਨਾਮ ਹਰਮਨ ਕੌਰ ਹੈ। ਹਾਂਜੀ ਹਰਮਨ ਕੌਰ ਹੈ ਮੇਰਾ ਨਾਮ। ਹਰਮਨ ਕੌਰ ਕਿਹਨੇ ਕੀ ਲਵ ਮੈਰਿਜ ਕਰਵਾਈ? ਹਾਂਜੀ ਸਾਡੀ ਲਵ ਮੈਰਿਜ ਸੀਗੀ। ਕਿਹਦੇ ਨਾਲ? ਸਨੀ ਨਾਲ। ਸਨੀ ਨਾਲ ਸਾਡੀ ਲਵ ਮੈਰਿਜ ਹੋਈ ਸੀ। ਸਨੀ ਕਿੱਥੋਂ ਦਾ ਰਹਿਣ ਵਾਲਾ? ਉਹ ਸਾਵਣ ਵਾਲੇ ਝੁੱਗਿਆਂ ਦੇ ਰਹਿਣ ਵਾਲੇ ਨੇ। ਜੀ ਗੁਰਜੀ। ਗੁਰਜੀ ਦੇ ਰਹਿਣ ਵਾਲੇ ਨੇ, ਸਾਵਣ ਵਾਲੇ ਝੁੱਗਿਆਂ ਦੇ। ਅਸੀਂ ਫਰੀਦਕੋਟ ਵਾਲੀ ਸਾਈਡ ਦੇ ਰਹਿਣ ਵਾਲੇ ਹਾਂ। ਤੇ ਕੀ ਹੋਇਆ ਜਿਹੜਾ ਹੁਣ? ਅਸੀਂ ਸ਼ਹਿਰ ਆਏ ਵਿੱਚ ਤੇ ਅਚਾਨਚਕ ਸਾਡੇ ਨਾਲ ਹਾਦਸਾ ਬਣ ਗਿਆ ਸੀ। ਸ਼ਹਿਰ ਆਏ ਜਦੋਂ ਸਾਡੇ ਵਿਆਹ ਨੂੰ 7 ਕੁ ਮਹੀਨੇ ਹੋਏ ਨੇ ਹਲੇ ਤਕਰੀਬਨ, ਤੇ ਦਵਾਈ ਲੈਣ ਆਏ ਸੀ ਅਸੀਂ ਸ਼ਹਿਰ। ਮੰਮੀ ਮੇਰੇ ਸੀ ਨਾਲ, ਡੈਡੀ ਸੀਗੇ ਤੇ ਮੇਰਾ ਹਸਬੈਂਡ ਸੀ ਤੇ ਮੈਂ ਸੀ। ਅਸੀਂ ਪਹਿਲਾਂ ਦਵਾਈ ਲਈ, ਦਵਾਈ ਲੈ ਕੇ ਤੇ ਅਸੀਂ ਘਰੇ ਚਲੇ ਗਏ, ਮੇਰੀ ਦੀਦੀ ਦੇ ਘਰ ਬੈਠੇ ਉੱਥੇ ਅਸੀਂ ਸਾਰੇ ਜਾਣੇ। ਤੇ ਮੰਮੀ ਤੇ ਡੈਡੀ ਸੀ ਜਿਹੜਾ, ਉਹਨਾਂ ਨੂੰ ਉੱਥੇ ਛੱਡਿਆ ਤੇ ਅਸੀਂ ਦੋਵੇਂ ਹਸਬੈਂਡ ਵਾਈਫ ਅਸੀਂ ਸ਼ੁੱਧਾ ਕੇਂਦਰ ਚਲੇ ਗਏ ਆਧਾਰ ਕਾਰਡ ਸਹੀ ਕਰਵਾਉਣ ਲਈ। ਜਦੋਂ ਆਧਾਰ ਕਾਰਡ ਸਹੀ ਕਰਵਾਇਆ ਉੱਥੇ, ਆਧਾਰ ਕਾਰਡ ਸਹੀ ਕਰਵਾਉਣਾ ਸੀ ਤੇ ਉੱਥੇ ਆਧਾਰ ਕਾਰਡ ਅਸੀਂ ਜਦੋਂ ਦੇਖਿਆ ਵੀ ਉੱਥੇ ਭੀੜ ਬੜੀ, ਅਸੀਂ ਟਾਈਮ ਨਾਲ ਜਾਣਾ ਸੀ ਘਰੇ ਤੇ ਫਿਰ ਅਸੀਂ ਵਾਪਸ ਮੁੜ ਪਏ ਉੱਥੋਂ ਨਾਲ ਦੀ ਨਾਲ। ਉੱਥੋਂ ਵਾਪਸ ਆ ਕੇ ਤੇ ਫਿਰ ਉਹਨੇ ਆਣ ਕੇ ਮੇਰੇ ਨਾਲ ਚਾਵਲ ਖਾਧੇ ਨੇ, ਰੋਟੀ ਖਾਧੀ ਅਸੀਂ ਦੋਵਾਂ ਨੇ ਰੋਟੀ ਖਾ ਕੇ। ਤੇ ਬਾਅਦ 'ਚ ਮੈਨੂੰ ਕਹਿੰਦਾ ਮੈਂ ਤਾਂ ਵਾਪਸ ਜਾਣਾ, ਉਹ ਕੰਮ 'ਤੇ ਲੱਗੇ ਵਿੱਚ ਫਾਰਮ ਹਾਊਸ ਉੱਥੇ, ਕਹਿੰਦੇ ਮੈਂ ਵਾਪਸ ਜਾਣਾ ਜ਼ਰੂਰੀ ਆ ਮੇਰਾ। ਤੇ ਬਾਅਦ 'ਚ ਮੈਂ ਕਿਹਾ ਵੀ ਚੱਲਦੇ ਹਾਂ ਕੋਈ ਨਾ। ਫਿਰ ਬਾਅਦ 'ਚ ਕਹਿੰਦੇ ਕਿ ਮੇਰੇ ਕੋਲ ਪੈਸੇ ਹੈਗੇ ਨੇ ਅਤੇ ਮੈਂ ਟੀ ਵੀ ਪੁੱਛ ਕੇ ਉਹਨਾਂ 'ਤੇ, ਟੀ ਵੀ ਪੁੱਛਣ ਗਏ ਸੀ ਅਤੇ ਟੀ ਵੀ ਪੁੱਛ ਕੇ ਆਏ ਉਹਨਾਂ ਨੂੰ ਅਤੇ ਉੱਥੇ ਮੇਰੀ ਗੱਲ ਕਰਵਾਈ। ਉਸ ਤੋਂ ਬਾਅਦ ਕਿੰਨੇ ਕੁ ਵਜੇ ਗੱਲ ਹੋਈ? ਮੇਰੀ 3 ਕੁ ਵਜੇ ਦੀ ਗੱਲ ਹੋਈ ਉਹਦੀ, 3 ਕੁ ਵਜੇ ਉਹਨਾਂ ਨਾਲ ਗੱਲ ਹੋਈ ਅਤੇ ਬਾਅਦ 'ਚ ਉਹਨਾਂ ਨੇ ਉੱਥੇ ਜਾ ਕੇ, ਮੈਂ ਉਹਨਾਂ ਨੂੰ ਫੋਨ ਲਾਇਆ ਜਦੋਂ ਉੱਥੇ ਪਹੁੰਚੇ ਅਤੇ ਉਹਨਾਂ ਨਾਲ ਗੱਲ ਕੀਤੀ ਵੀ ਉਹ ਕਹਿੰਦਾ ਵੀ ਆਵੇ ਮੈਂ ਟੀਵੀਆਂ ਵਾਲੀ ਦੁਕਾਨ 'ਤੇ ਹਾਂ ਵੀ ਜਿਹਦੇ ਟੀ ਵੀ ਲੈਣਾ ਉਹ ਰੋਟੀ ਖਾਂਦਾ ਪਿਆ। ਅਤੇ ਉਹਨਾਂ ਨਾਲ ਮੇਰੀ ਥੋੜ੍ਹੀ ਜਿਹੀ ਗੱਲ ਕਰਵਾਈ ਅਤੇ ਬਾਅਦ 'ਚ ਮੈਂ ਉਹਦੇ ਨਾਲ ਗੱਲ ਕੀਤੀ ਅਤੇ ਮੈਨੂੰ ਕਹਿੰਦਾ ਵੀ ਮੈਂ ਕਿਹਾ ਮੈਂ ਚੁੰਨੀ ਲੈਣੀ ਹੈ ਅਤੇ ਕਹਿੰਦਾ ਮੈਂ ਆਉਂਦਾ ਪਿਆ ਬਸ ਆ ਗਿਆ ਥੋੜ੍ਹੇ ਟਾਈਮ ਨੂੰ। ਅਤੇ ਉਸ ਤੋਂ ਬਾਅਦ ਅਸੀਂ ਉੱਥੇ ਦੁਕਾਨ 'ਤੇ ਗਏ ਚੁੰਨੀ ਵਾਲੀ ਅਤੇ ਉੱਥੇ ਦੇਖਿਆ ਟੀ ਵੀ ਵਾਲੀ ਦੁਕਾਨ ਅਤੇ ਉੱਥੇ ਵੀ ਨਹੀਂ ਸੀ। ਉਸ ਤੋਂ ਬਾਅਦ ਅਸੀਂ ਬਹੁਤ ਫੋਨ ਲਾਉਣ ਦੀ ਕੋਸ਼ਿਸ਼ ਕੀਤੀ, ਫੋਨ ਵੀ ਨਹੀਂ ਚੱਲਿਆ। ਫਿਰ ਸਾਨੂੰ ਲੱਗਾ ਵੀ ਫਾਰਮ ਹਾਊਸ ਸ਼ਾਇਦ ਕੰਮ 'ਤੇ ਚਲਾ ਗਿਆ ਹੋਣਾ, ਕਹਿੰਦਾ ਸੀ ਵੀ ਮੈਨੂੰ ਜ਼ਰੂਰੀ ਹੈ। ਅਤੇ ਉੱਥੇ ਜਾ ਕੇ ਫਾਰਮ ਹਾਊਸ 'ਤੇ ਜਦੋਂ ਦੇਖਿਆ ਵੀ ਨਹੀਂ ਹੈਗਾ, ਫਿਰ ਅਸੀਂ ਬੱਸ ਦੀ ਆਖਰੀ ਬੱਸ ਤੱਕ ਉਡੀਕ ਕਰਦੇ ਰਹੇ ਉਹਦੀ, ਕੋਈ ਪਤਾ ਨਹੀਂ ਲੱਗਾ। ਫਿਰ ਸਵੇਰੇ ਜਦੋਂ ਅਸੀਂ ਗੌਰ ਕੀਤੀ, ਸਵੇਰੇ ਅਸੀਂ ਜਾਂਚ ਪੜਤਾਲ ਕੀਤੀ, ਸਾਰੇ ਟੀ ਵੀ ਵਾਲਿਆਂ ਨੂੰ ਪੁੱਛਿਆ, ਕੈਮਰੇ ਚੈੱਕ ਕਰਵਾਏ। ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਕਰਵਾਈ। ਰਿਪੋਰਟ ਕਰਵਾ ਕੇ ਫਿਰ ਉੱਥੇ ਸਾਨੂੰ ਪੁਲਿਸ ਨੇ ਦੱਸਿਆ ਵੀ ਉਹਨਾਂ ਦੀ ਡੈੱਡ ਬੋਡੀ ਮਿਲੀ ਆ ਸਾਨੂੰ। ਕਿੱਥੇ ਪਈ? ਕਿਹੜੇ ਹਾਲਾਤਾਂ 'ਚ ਪਈ? ਉਹਨਾਂ ਨੇ ਕਿਸ ਤਰ੍ਹਾਂ ਦੇ ਗੁਰਦੁਆਰੇ ਦੇ ਕੋਲ ਪਈ ਸੀਗੀ ਤੇ ਉੱਥੋਂ ਦੇ ਬਾਬੇ ਉਹਨਾਂ ਨੇ ਚੱਕਿਆ ਉਹਨੂੰ ਸਵੇਰੇ। ਤੇ ਤੁਹਾਨੂੰ ਕੀ ਦੱਸਿਆ? ਮਰ ਗਏ ਦੱਸੋਗੇ ਹਿੰਦੀ? ਹਾਂਜੀ ਸਾਨੂੰ ਦੱਸ ਦਿੱਤਾ। ਤੁਹਾਨੂੰ ਕੀ ਲੱਗਦਾ ਕਤਲ ਕੀਤਾ ਗਿਆ? ਹਾਂਜੀ ਕਤਲ ਹੀ ਕੀਤਾ ਹੈ। ਕੀ ਹੋਊਗਾ? ਸਾਨੂੰ ਇਨਸਾਫ ਮਿਲ ਜੇ ਇਹ ਬਹੁਤ ਆ। ਸਾਨੂੰ ਇਨਸਾਫ ਚਾਹੀਦਾ। ਸਾਨੂੰ ਸ਼ੱਕ ਮੇਰੇ ਪਰਿਵਾਰ ਤੇ, ਉਹਦੇ ਦੋਸਤਾਂ ਤੇ, ਉਹਨਾਂ ਬਸ ਇੰਨਾ ਤੇ ਹੀ ਹੈ ਸ਼ੱਕ ਮੈਨੂੰ। ਉਹ ਮਰਦੇ ਪੇਕੇ ਪਰਿਵਾਰ ਤੇ? ਹਾਂਜੀ। ਕੀ ਮੰਗਦੇ ਹੋ? ਸਾਫ ਮਿਲਣਾ ਚਾਹੀਦਾ। ਹਾਂਜੀ ਇਨਸਾਫ ਮਿਲਣਾ ਚਾਹੀਦਾ, ਜ਼ਰੂਰ ਇਨਸਾਫ ਮਿਲਣਾ ਚਾਹੀਦਾ ਸਾਨੂੰ। ਹਾਂਜੀ ਸਿਮਰਨ। ਸਿਮਰਨ ਕੀ ਭਰਾ ਸੀ ਤੁਹਾਡਾ? ਹਾਂਜੀ। ਤੁਹਾਡੇ ਤਾਂ ਵੱਡਾ ਸੀ ਜਾਂ ਛੋਟਾ ਸੀ? ਹਾਂਜੀ ਛੋਟਾ ਸੀ। ਇੱਕ ਹੀ ਭਰਾ ਸੀਗਾ? ਹਾਂਜੀ। ਤੇ ਕਿਸ ਤਰ੍ਹਾਂ ਹੁਣ ਮੌਤ ਹੋਈ ਹੈ, ਕੀ ਕਾਰਨ? ਹਾਂਜੀ ਕੋਈ ਸਾਨੂੰ ਕਿਤੋਂ ਕੁਛ ਵੀ ਨੀ ਚੰਗਾ ਲੱਗਦਾ। ਸਰ ਅਸੀਂ 3 ਭੈਣਾਂ ਸੀ, ਸਾਡਾ 1 ਭਰਾ ਸੀ, ਉਹ ਸਾਡੇ ਤੋਂ ਖੋਹ ਲਿੱਤਾ ਗਿਆ, ਅਸੀਂ ਕਿੱਥੇ ਜਾਈਏ। ਹਾਂਜੀ 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 ਹਾਂਜੀ
ਹਾਂਜੀ ਲਵ ਮੈਰਿਜ ਕਰਾਈ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਛੱਡਣਾ ਨਹੀਂ ਸਾਡੀ ਇਹੀ ਮੰਗ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਮੁੰਡੇ ਦੇ ਨਾਲ ਜੋ ਵੀ ਕਤਲ ਹੋਇਆ ਹੁੰਦਾ ਕਿ ਜਿਵੇਂ ਉਹਨੂੰ ਮਾਰਿਆ ਗਿਆ ਹੁੰਦਾ ਉਹਦੇ ਹੁੰਦਾ ਇਨਸਾਫ ਦਵਾਓ ਅਸੀਂ ਸਾਡਾ ਇੱਕੋ ਹੀ ਭਰਾ ਸੀ ਸਾਡੇ ਕੋਲ ਖੋਇਆ ਗਿਆ ਸਰ ਸੁਨੀਤਾ ਕੀ ਹੋਇਆ ਤੁਹਾਡੇ ਭਰਾ ਨੂੰ ਸਾਡੇ ਭਰਾ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਉਹਨਾਂ ਨੂੰ ਇੰਨਾ ਬੁਰਾ ਮਾਰਿਆ ਉਹਨਾਂ ਨੂੰ ਬਹੁਤ ਬੁਰਾ ਉਹਨਾਂ ਨੂੰ ਇਹੋ ਜਿਹੀ ਸਜ਼ਾ ਦਿਓ ਉਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਜਲਦੀ ਇਨਸਾਫ ਚਾਹੀਦਾ ਸਾਡੇ ਭਰਾ ਦੇ ਕਾਤਲਾਂ ਨੂੰ ਇੰਨਾ ਪੂਰੀ ਤਰ੍ਹਾਂ ਮਾਰੋ ਸਾਨੂੰ ਇਨਸਾਫ ਬਹੁਤ ਜਲਦੀ ਚਾਹੀਦਾ ਕਿੰਨੀ ਉਮਰ ਸੀ ਉਮਰ 22 ਸਾਲ ਹੋਈ ਹੋਣੀ ਵਿਆਹ ਹਾਂਜੀ ਕਿੰਨੀ ਦਰ ਸਾਲ 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 ਹੋਇਆ ਹਾਂਜੀ ਕੀ ਨਾਂ ਕੀ ਤੁਹਾਡਾ ਮੇਰਾ ਸਿੰਦਰਪਾਲ ਸਿੰਦਰਪਾਲ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਪੰਬਾਜ ਜੀ ਦੇ ਖਾਣ ਵਾਲੇ ਚੁੱਗਿਆ ਹਾਂਜੀ ਜਿਹੜਾ ਮੁੰਡਾ ਤੁਹਾਡਾ ਕੀ ਹੋਇਆ ਉਹਦੇ ਮੁੰਡੇ ਨੂੰ ਜੀ ਸਾਡੇ ਕੋਲ ਤਾਂ ਆਏ ਅਸੀਂ ਦਵਾਈ ਲੈਣ ਅਤੇ ਉਹਨੂੰ BTB ਲੈ ਕੇ ਅਤੇ ਬਾਹਰ ਨਿਕਲਿਆ ਅਤੇ ਉਹਨੂੰ ਛੱਡ ਕੇ ਉਹਦੇ ਆਪਣੇ ਪਰਿਵਾਰ ਨੂੰ ਤਾਂ ਤਾਂ ਮੈਂ ਹੁਣੇ ਲਗਾ ਨਾ ਘੰਟੇ ਨੂੰ ਅਤੇ ਅਸੀਂ ਆਹ ਚਲਾ ਆਏ ਜਿਹੜਾ ਤਾਂ ਅਸੀਂ ਮਗਰ ਫਿਰ ਪਿੱਛਾ ਵੀ ਕੀ ਉਹਨੂੰ ਫੋਨ ਵੀ ਲਾਇਆ ਅਤੇ ਫੋਨ ਅੱਗੋਂ ਬੰਦ ਆਉਂਦਾ ਰਿਹਾ ਚੱਲਦਾ ਹੀ ਨਹੀਂ ਰਿਹਾ ਜੀ ਅਤੇ ਤਿੰਨਾਂ ਭੈਣਾਂ ਦਾ ਇੱਕੋ ਭਰਾ ਸੀ ਕਿੰਨੀ ਉਮਰ ਸੀ ਹੈ ਉਮਰ ਕਿੰਨੀ ਜੀ 22 ਸਾਲ ਹੈ ਜੀ ਅਤੇ ਕੀ ਨਾਂ ਸੀ ਮੁੰਡੇ ਦਾ ਮੁੰਡੇ ਦਾ ਸੰਨੀ ਧਮਕੀਆਂ ਬਹੁਤ ਦਿੰਦੇ ਸੀ ਉਹਦੇ ਮਾਂ ਪਿਓ ਤੇ ਸ਼ੱਕ ਸੀ ਤੇ ਉਹਦੇ ਇੱਕ ਦਾਦੇ ਤੇ ਉਹ ਧਮਕੀਆਂ ਬਹੁਤ ਦਿੰਦੇ ਸੀ ਕਿਤੇ ਮਾਰ ਦੇਣਾ ਹਾਂ ਤੇ ਕਿੱਥੇ ਮਿਲ ਗਿਆ ਉੱਥੇ ਮਾਰ ਦੇਣਾ ਧਮਕੀਆਂ ਬਹੁਤ ਦਿੰਦੇ ਸੀ ਤੁਹਾਨੂੰ ਡੈੱਡ ਬੋਡੀ ਮਿਲੀ ਹਾਂ ਕੀ ਮੈਨੂੰ ਦਿੱਤੀ ਜ਼ਿੰਮੇਵਾਰੀ ਵੀ ਇਹਨੂੰ ਵੀ ਤੁਸੀਂ ਚੱਲ ਜਾਓ ਉਹਨੇ ਤਾਂ ਵੀ ਆਪਦੇ ਨਾਂ ਰੱਖਣਾ ਹੈ ਲੜਕੀ ਕੀ ਮੰਗ ਹੈ ਤੁਹਾਡੀ ਹੁਣ ਸਾਡੀ ਮੰਗ ਹੈ ਵੀ ਸਾਨੂੰ ਤਾਂ ਵੀ ਚਾਹੀਦਾ ਵੀ ਮੇਰਾ ਪੁੱਤਰ ਵੀ ਉਹਨਾਂ ਨੂੰ ਚਾਹੀਦਾ ਵੀ ਕੋਈ ਸਜ਼ਾ ਮਿਲੇ ਕਿਹੜੇ ਮੇਰੇ ਨਾਲ ਪੁੱਤਰ ਨੂੰ ਬਹੁਤ ਸਜ਼ਾ ਦਿੱਤੀ ਉਵੇਂ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਜੀ ਹਾਂਜੀ ਮੇਰਾ ਨਾਂ ਜੀ ਸੁੱਖਾ ਸਿੰਘ ਜੀ ਸੁੱਖਾ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਪਿੰਡ ਸੌਣ ਨਾਲ ਚੁੱਕੇ ਹਾਂ ਹਾਂ ਕੀ ਹੋਇਆ ਜਿਹੜਾ ਤੁਹਾਡਾ ਲੜਕਾ ਕਿੰਨੀ ਉਮਰ ਇਹਦੀ ਜੀ ਲਗਭਗ ਉਮਰ 24 ਸਾਲ ਹੈਗੀ ਜੀ ਅਤੇ ਅਸੀਂ ਇੱਥੇ ਫਿਰੋਜ਼ਪੁਰ ਦਵਾਈ ਲੈਣ ਆਏ ਸੀ ਅਤੇ ਇਹਦੀ ਲਵ ਮੈਰਿਜ ਮੁੰਡੇ ਦੀ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਜੀ ਪਿੰਡ ਚੰਨੀਆਂ ਫਰੀਦਕੋਟ ਦੇ ਹਲਕੇ 'ਚ ਫਰੀਦਕੋਟ ਦੇ ਏਰੀਆ 'ਚ ਪਿੰਡ ਹਾਂਜੀ ਉੱਥੇ ਚੰਨੀਆਂ ਪਿੰਡ ਉੱਥੇ ਹੋਈ ਸੀ ਇਹਨੂੰ 8-9 ਮਹੀਨੇ ਹੋ ਗਏ ਜੀ ਅਤੇ ਉੱਥੋਂ ਧਮਕੀਆਂ ਵੀ ਕੁਛ ਆਉਂਦੀਆਂ ਸੀ ਵੀ ਮੁੰਡਾ ਸਾਨੂੰ ਕਿਤੇ ਵੀ ਟੱਕਰ ਗਿਆ ਅਸੀਂ ਮੁੰਡੇ ਨਾਲ ਨਿਬੜਾਂਗੇ ਅਤੇ ਕੁੜੀ ਦੀ ਗੱਲ ਵੀ ਫੋਨ 'ਚ ਮਾਂ ਨਾਲ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਧਮਕੀਆਂ ਦਿੰਦੇ ਸੀ ਅਤੇ ਉਸ ਤੋਂ ਬਾਅਦ ਸਾਨੂੰ ਅਸੀਂ ਰਿਪੋਰਟ ਥਾਣੇ ਦਿੱਤੀ ਵੀ ਸਾਨੂੰ ਧੜਕੂ ਹੋ ਗਿਆ ਦਿਲ 'ਚ ਵੀ ਸਾਡਾ ਮੁੰਡਾ ਲੱਭ ਨਹੀਂ ਰਿਹਾ ਅਤੇ ਅਸੀਂ ਲੱਭ ਲੁੱਭ ਕੇ ਅਤੇ ਫਿਰ ਜਿਹੜੇ ਬਾਊ ਨਾਲ ਲੱਗਿਆ ਸੀ ਮੁੰਡਾ ਉਹ ਬਾਊ ਅਤੇ ਮੈਂ ਫਿਰ ਅਸੀਂ ਇੱਥੇ ਥਾਣੇ ਆਏ ਸਤਰ 'ਚ ਸਤਰ ਥਾਣੇ ਆਣ ਕੇ ਦਰਖਾਸਤ ਦਿੱਤੀ ਮੁਨਸ਼ੀ ਨੂੰ ਮਿਲੇ ਮੁਨਸ਼ੀ ਨੇ ਕਿਹਾ ਵੀ ਮੁੰਡਾ ਅਸੀਂ ਲਿਆਂਦਾ ਤਾਂ ਹੈਗਾ ਇੱਕ ਬੌਡੀ ਚੱਕ ਕੇ ਅਤੇ ਉਹਨਾਂ 'ਚ ਤੁਸੀਂ ਵੇਖ ਸਕਦੇ ਮੁੰਡਾ ਸਿਆਣੋ ਵੀ ਮੁੰਡੇ ਦੀ ਪੈਂਟ ਕਿਸ ਤਰ੍ਹਾਂ ਬੂਟ ਕਿਸ ਤਰ੍ਹਾਂ ਪਾਏ ਨੇ ਅਤੇ ਉਹਨੇ ਪੁੱਛਿਆ ਵੀ ਬੂਟ ਕਿਸ ਦੇ ਰੰਗ ਦੇ ਨੇ ਮੈਂ ਆਖਿਆ ਜੀ ਨੀਲੇ ਰੰਗ ਦੇ ਮੈਂ ਅਤੇ ਉਹ ਆਉਂਦਾ ਪੈਂਟ ਕਿਹੋ ਜਿਹੀ ਪਾਈ ਮੈਂ ਪੈਂਟ ਚਿੱਟੀ ਪਾਈ ਜੀ ਅਤੇ ਸ਼ਰਟਾਂ ਦਾ ਕਿਹੋ ਜਿਹੀ ਪਾਈ ਮੈਂ ਵੀ ਚਿੱਟੀ ਪਾਈ ਜੀ ਹਾਂਜੀ ਹਾਂਜੀ ਮੈਂ ਹਾਂ ਵੀ ਬਿਲਕੁਲ ਸਾਡਾ ਮੁੰਡਾ ਹਾਂਜੀ ਕਤਲ ਕੀਤਾ ਗਿਆ ਜੀ ਮੂੰਹ ਦੇ ਵਿੱਚੋਂ ਰੱਤ ਨਿਕਲਦੀ ਪਈ ਸੀ ਅਤੇ ਮੁੰਡੇ ਦਾ ਜਿਵੇਂ ਗਲ ਕੁੱਟ ਕੇ ਮਾਰਿਆ ਗਿਆ ਜੀ ਕਿੱਥੇ ਲਿਜਾ ਕੇ ਮਾਰਿਆ ਇਹ ਜੀ ਆਪਣੇ ਨਿਮਾਣ ਗੁਰਦੁਆਰਾ ਉੱਥੇ ਜਾ ਜੀ ਕੀਤਾ ਗਿਆ ਸਾਡੀ ਮੰਗ ਹੈ ਜੀ ਸਾਨੂੰ ਨਿਆਂ ਮਿਲਣਾ ਚਾਹੀਦਾ ਜਿਹੜੇ ਕਾਤਲਾਂ ਨੇ ਮਾਰਿਆ
ਉਹਨਾਂ ਕੋਲੋਂ ਸਾਨੂੰ ਨਿਆਂ ਦਿਵਾਉਣਾ ਚਾਹੀਦਾ ਸਰਕਾਰ ਵੱਲੋਂ। ਸਰ ਇੱਕ ਨੌਜਵਾਨ ਦੀ ਜਿਹੜੀ ਮਿਲੀ ਸੀ ਲਾਸ਼, ਕੀ ਮਾਮਲਾ? ਇੱਕ ਨੌਜਵਾਨ ਸੰਨੀ ਪੁੱਤਰ ਸੁੱਖਾ ਸਿੰਘ ਵਾਸੀ ਬੰਬਾ ਜੀ, ਜਦੋਂ ਸਾਨੂੰ ਲਾਸ਼ ਮਿਲੀ ਸੀਗੀ ਉਹ ਲਵਾਰਸ ਹਾਲ 'ਚ ਮਿਲੀ ਸੀਗੀ, ਜਿਹੜੀ ਅਸੀਂ ਕਾਫੀ ਦੇਰ ਭਾਲ ਕਰਨ ਤੋਂ ਬਾਅਦ ਸਾਰੇ ਪਿੰਡਾਂ ਦੇ ਵਿੱਚ ਆਵਾਜ਼ਾਂ ਦਵਾਈਆਂ। ਉਸ ਤੋਂ ਬਾਅਦ ਉਹਦੀ ਸ਼ਨਾਖਤ ਹੋਈ ਵੀ ਇਹ ਜਿਹੜਾ ਸੰਨੀ ਪੁੱਤਰ ਸੁੱਖਾ ਸਿੰਘ ਪੰਬਾ ਜੀ ਦਾ ਰਹਿਣ ਵਾਲਾ ਹੈ, ਜੋ ਕਿ 15 ਤਰੀਕ ਨੂੰ ਆਪਣੇ ਪਿਤਾ ਆਪਣੀ ਮਾਤਾ ਦੇ ਵਾਈਫ ਦੇ ਨਾਲ ਫਿਰੋਜ਼ਪੁਰ ਸਿਟੀ ਜੀਰਾ ਗੇਟ ਆਇਆ ਸੀਗਾ, ਜਿੱਥੇ ਉਹਦੀ 2 ਭੈਣਾਂ ਵਿਆਹੀਆਂ, ਇੱਕ ਭੈਣ ਦੇ ਘਰ ਵੀ ਗਿਆ ਅਤੇ 3:21 ਦੇ 53 ਸੈਕਿੰਡ 'ਤੇ ਉਹਦਾ ਫੋਨ ਬੰਦ ਹੋ ਗਿਆ। ਉਸ ਤੋਂ ਬਾਅਦ ਕੀ ਘਟਨਾ ਵਾਪਰੀ, ਉਹਦੀ ਸੁਬਾਹ ਸਾਨੂੰ ਲਾਸ਼ ਮਿਲੀ 10 ਵਜੇ ਅਗਲੇ ਦਿਨ 16 ਤਰੀਕ ਲਵਾਰ ਸੀ। ਹਾਂ, ਅਸੀਂ ਉਹਦੀ ਤਫਤੀਸ਼ ਕਰ ਰਹੇ ਹਾਂ ਅਤੇ ਪੂਰੀ ਉਮੀਦ ਹੈ ਕਿ ਅਸੀਂ ਅੱਜ ਹੀ ਦੋਸ਼ੀ ਨੂੰ ਜੋ ਕਾਤਲ ਹੈ ਉਹਨੂੰ ਗ੍ਰਿਫਤਾਰ ਕਰਾਂਗੇ। ਕਤਲ ਕੀਤਾ ਗਿਆ? ਵੈਸੇ ਅਸੀਂ ਉਹਦਾ ਜਿਹੜਾ ਬੋਡੀ ਐਗਜ਼ਾਮਿਨ ਕਰਨ ਤੋਂ ਬਾਅਦ ਉਹਦੇ ਸਰੀਰ 'ਤੇ ਕੋਈ ਸੱਟ ਵਗੈਰਾ ਨਹੀਂ ਪਾਈ ਗਈ ਸੀ, ਲੇਕਿਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਏਗਾ ਵੀ ਉਹਦਾ ਡੈਥ ਆਫ ਕਾਜ਼ ਕੀ ਹੈ, ਉਹਨੂੰ ਮਾਰਨ ਦਾ ਕੀ ਕਾਰਨ ਹੈ, ਕਿਸ ਕਾਰਨ ਕਰਕੇ ਉਹਦੀ ਮੌਤ ਹੋਈ ਹੈ। ਬਿਸਰਾ ਵੀ ਕਢਵਾਇਆ ਗਿਆ ਜਿੱਥੋਂ ਸਾਨੂੰ ਕਲੀਅਰ ਹੋ ਜਾਏਗਾ ਵੀ ਇਹਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ। ਸਾਡੇ ਕੋਲ ਇੱਕ ਬੋਡੀ ਆਈ ਸੀਗੀ, ਪੁਲਿਸ ਵਾਲੇ ਲੈ ਕੇ ਆਏ ਨੇ, ਉਹਦੇ ਘਰ ਦੇ ਕਹਿ ਰਹੇ ਨੇ ਕਿ ਉਹਦਾ ਕਤਲ ਹੋਇਆ ਗਿਆ, ਤੇ ਇਸ ਕਰਕੇ ਕਤਲ ਵਾਲੇ ਕੇਸ ਫਰੀਦਕੋਟ ਹੁੰਦੇ ਨੇ, ਅਸੀਂ ਉਹਨਾਂ ਦੀ ਬੋਡੀ ਫਰੀਦਕੋਟ ਰੈਫਰ ਕਰ ਰਹੇ ਨੇ। ਥੋੜ੍ਹੇ ਬਹੁਤ ਮੂੰਹ 'ਤੇ ਨਿਸ਼ਾਨ ਹੈਗੇ ਨੇ, ਬਟ ਉਹ ਸਭ ਬਾਕੀ ਸਾਰਾ ਸਭ ਕੁਛ ਉਹ ਫੋਰੈਂਸਿਕ ਵਾਲੇ ਐਕਸਪਰਟ ਜਿਹੜੇ ਹੁੰਦੇ ਨੇ ਫਰੀਦਕੋਟ 'ਚ ਉਹ ਤੁਹਾਨੂੰ ਦੱਸ ਦੇਣਗੇ। ਸੰਨੀ ਨਾਂ ਹੈ, ਉਮਰ ਦਾ ਹਲੇ ਪਤਾ ਨਹੀਂ, ਉਹ ਪੁਲਿਸ ਪੇਪਰ 'ਚ ਲਿਖਿਆ ਉਹਨੇ 22 ਸਾਲ ਉਮਰ ਹੈ। ਹਾਂਜੀ, ਫਰੀਦਕੋਟ ਰੈਫਰ ਕਰਤਾ ਸੀ, 3 ਬੋਰਡਰ ਡਾਕਟਰਸ ਨੇ ਮਿਲ ਕੇ ਉਹਨੂੰ ਫਰੀਦਕੋਟ ਰੈਫਰ ਕਰਤਾ ਜੀ, ਡਾਕਟਰ ਸ਼ਿਵਮ ਸਿੰਗਲਾ ਜੀ। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ, ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ, ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ 'ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ, ਕਰੋ ਸੰਪਰਕ 97793995956।